ਸਕੂਲ ਆਫ ਐਮਿਨੈਂਸ ਦੇ ਨਾਤੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਦੇ ਅੰਦਰ ਟੀਚਰ ਨਹੀਂ ਹੈ ਟੀਚਰ ਹੈਗਾ ਤੇ ਬਲੈਕਬੋਰਡ ਨਹੀਂ ਹੈ ਬੈਂਚ ਨਹੀਂ ਹੈ ਸਰਕਾਰੀ ਲਗਭਗ 64 ਸਰਕਾਰੀ ਕਾਲਜਾਂ ਦੇ ਅੰਦਰ ਲਗਭਗ 200 ਤੋਂ ਜ਼ਿਆਦਾ ਪੋਸਟਾਂ ਖਾਲੀ ਨੇ 10+2 ਕਰਨ ਤੋਂ ਬਾਅਦ ਪੰਜਾਬ ਦਾ ਵਿਦਿਆਰਥੀ ਕੀ ਕਰੇ ਪੰਜਾਬ ਦਾ ਬੱਚਾ ਕੀ ਕਰੇ ਉਹਨੂੰ ਸਮਝ ਨਹੀਂ ਆ ਰਿਹਾ ਪੰਜਾਬ ਦੇ ਬੱਚੇ ਜਾਂ ਐਲਿਟਸ ਵੱਲ ਪਜਰੇ ਜਾਂ ਪੜ੍ਹਾਈ ਛੱਡਣ ਵੱਲ ਜਾ ਰਹੇ ਜਾਂ ਪੰਜਾਬ ਦੇ ਬੱਚੇ ਨਸ਼ਿਆ ਵੱਲ ਜਾ ਰਹੇ ਨੇ ਪੰਜਾਬ ਦੇ ਹੋਣਹਾਰ ਬੱਚਿਆਂ ਨੂੰ ਤਾਲੀਮ ਦੇਣ ਵਾਸਤੇ ਪੰਜਾਬ ਦੇ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹਰ ਸਕੂਲ ਨੂੰ ਅਪਗ੍ਰੇਡ ਕੀਤਾ ਜੇ ਸਕੂਲ ਦੇ ਅੰਦਰ ਅਸੀਂ ਅਧਿਆਪਕ ਰੱਖੀਏ ਸਕੂਲ ਚ ਇਨਫਰਾਸਟ੍ਰਕਚਰ ਪੂਰਾ ਕਰੀਏ ਜੜੀਆਂ ਪੋਸਟਾਂ ਲਗਭਗ 1200 ਦੇ ਕਰੀਬ ਪੰਜਾਬ ਦੇ ਅੰਦਰ 1164 ਤੇ ਪੋਸਟਾਂ ਕੇਵਲ ਪ੍ਰੋਫੈਸਰਾਂ ਦੀ ਖਾਲੀ ਮਾਸਟਰਾਂ ਦੀ ਖਾਲੀ ਹੈ ਉਹਨਾਂ ਪੋਸਟਾਂ ਨੂੰ ਭਰਿਆ ਜਾਏ ਨਾ ਕਿ ਦਿੱਲੀ ਮਾਡਲ ਦੇ ਨਾਮ ਤੇ ਐਮੀਨਿਸ ਦੇ ਨਾਮ ਤੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਸਾਹਿਬ ਪੰਜਾਬ ਦਾ ਭਲਾ ਕਰੀਏ ਪੰਜਾਬ ਦੇ ਵਿਦਿਆਰਥੀਆਂ ਨੂੰ ਮੌਕਾ ਤੇ ਇਹ ਕਿ ਵਦੰਦਾ ਨਾ ਕਿ ਆਪਣੇ ਫਾਰਮੂਲਿਆਂ ਦੇ ਨਾਲ ਪ੍ਰਯੋਗਾਂ ਦੇ ਨਾਲ ਪੰਜਾਬ ਨੂੰ ਪਿੱਛੇ ਸੁੱਟਣ ਦਾ ਜਿਹੜਾ ਤੁਸੀਂ ਪ੍ਰਯਾਸ ਕਰ ਰਹੇ ਹੋ ਇਹ ਹੋਰਾਂ ਹੀ ਇੱਕ ਨਤੀਜਾ ਹੈ ਸਕੂਲ ਆਫ ਐਮੀਨਿਸਮ ਨਾਮ ਤੇ ਪੰਜਾਬ ਦੀ ਜਨਤਾ ਨੂੰ ਬੇਕੂ ਬਣਾਇਆ ਜਾ ਰਿਹਾ ਹੈ ਪੰਜਾਬ ਦੀ ਜਨਤਾ ਨੂੰ ਸਕੂਲਾਂ ਚ ਪੜਾਈ ਦਈਏ ਰੋਜ਼ਗਾਰ ਦੇਈਏ ਜਿਹੜੇ ਉੱਤੇ ਖਾਲੀ ਪਦ ਪਏ ਨੇ ਉਹਨਾਂ ਨੂੰ ਭਰੀਏ